ਸ਼੍ਰੋਮਣੀ ਅਕਾਲੀ ਦਲ ਵੱਲੋਂ ਤੀਜਾ ਇੰਟਰਨੈਸ਼ਨਲ ਗੱਤਕਾ ਕੱਪ ਕਰਵਾਇਆ ਗਿਆ। ਸ਼ਹੀਦਾਂ ਦੀ ਪਵਿੱਤਰ ਧਰਤੀ ਫਤਿਹਗੜ੍ਹ ਸਾਹਿਬ ਵਿਖੇ ਇੰਟਰਨੈਸ਼ਨਲ ਗੱਤਕਾ ਕੱਪ ਕਰਵਾਇਆ ਗਿਆ। ਇਸ ਮੌਕੇ ਸਵਰਨ ਸਿੰਘ, ਬਲਜਿੰਦਰ ਸਿੰਘ, ਗੁਰਮੀਤ ਸਿੰਘ, ਸੁਖਦੇਵ ਸਿੰਘ ਆਦਿ ਮੌਜੂਦ ਸਨ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦੇ ਹੁਕਮ ਮੁਤਾਬਕ ਪਿਛਲੇ 3 ਸਾਲ ਤੋਂ ਲਗਾਤਾਰ ਆਏ ਸਾਲ ਗੱਤਕਾ ਦਿਵਸ ਮਨਾਇਆ ਜਾ ਰਿਹਾ। ਇਹ ਵਿਸ਼ਵ ਪੱਧਰ 'ਤੇ ਮਨਾਇਆ ਜਾ ਰਿਹਾ ਅਤੇ ਤਾਂ ਕਿ ਇਹਨਾਂ ਨੇ ਜਿਹੜਾ ਯੋਗਾ ਸ਼ੁਰੂ ਕੀਤਾ ਸੀ, ਸਾਡੇ ਜਿਹੜੀ ਸੋਚ ਹੈ ਹਿੰਦੂ ਸੋਚ ਹੋ ਜੇ, ਉਹਦੇ ਸੰਬੰਧ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਉਸੇ ਦਿਨ 'ਤੇ ਯੋਗਾ ਦਿਵਸ ਮਨਾਉਣਾ ਸ਼ੁਰੂ ਕੀਤਾ, ਕਿਉਂਕਿ ਗੱਤਕਾ ਦਿਵਸ ਮਨਾਉਣਾ ਸ਼ੁਰੂ ਕੀਤਾ ਕਿਉਂਕਿ ਗੱਤਕੇ ਦੇ ਨਾਲ ਇੱਕ ਤਾਂ ਸਾਡੀ ਸਿਹਤ ਤੰਦਰੁਸਤ ਰਹਿੰਦੀ ਹੈ ਅਤੇ ਅਸੀਂ ਆਪਣੀਆਂ ਧੀਆਂ ਭੈਣਾਂ ਦੀ ਇੱਜ਼ਤ ਵੀ ਮਹਿਫੂਜ਼ ਰੱਖ ਸਕਦੇ ਹਾਂ, ਕਿਸੇ ਨੂੰ ਬਚਾ ਸਕਦੇ ਹਾਂ ਅਤੇ ਆਪਣੀ ਆਤਮ ਰੱਖਿਆ ਆਪ ਕਰ ਸਕਦੇ ਹਾਂ। ਇਸ ਲਈ ਜਿਹੜੀ ਸਾਡੀ ਅਤੇ ਹਿੰਦੂ ਸੋਚ ਲਾਗੂ ਕਰਨਾ ਚਾਹੁੰਦੀ ਹੈ ਗੌਰਮੈਂਟ, ਅਤੇ ਇਹ ਬਿਲਕੁਲ ਉਹਨਾਂ ਦਾ ਜਿਹੜਾ ਖਿਆਲ ਹੈ ਇਹ ਕਦੇ ਵੀ ਪੂਰਾ ਨਹੀਂ ਹੋਊਗਾ। ਅਸੀਂ ਹਮੇਸ਼ਾ ਆਪਣੇ ਗੁਰੂ ਸਾਹਿਬਾਨ ਦੇ ਦਿੱਤੇ ਪੂਰਨਿਆਂ 'ਤੇ ਚੱਲਦੇ ਰਹਾਂਗੇ। ਅਤੇ ਜਿਵੇਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਗੱਤਕਾ ਦਿਹਾੜਾ, ਤੀਜਾ ਗੱਤਕਾ ਦਿਹਾੜਾ ਮਨਾਇਆ ਜਾ ਰਿਹਾ ਹੈ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁਜਰੀ ਕੌਰ ਜੀ ਦੀ ਸ਼ਹੀਦੀ ਸਥਾਨ 'ਤੇ ਇਹ ਇਸ ਕਰਕੇ ਮਨਾਇਆ ਜਾ ਰਿਹਾ ਹੈ ਕਿ ਹਿੰਦੂ ਧਰਮ ਹਕੂਮਤ ਨੇ ਪਿਛਲੇ 3 ਸਾਲਾਂ ਤੋਂ ਆਪਣਾ ਯੋਗਾ ਦਿਹਾੜਾ ਮਨਾਉਣਾ ਸ਼ੁਰੂ ਕੀਤਾ ਤਾਂ ਕਿ ਗੱਤਕੇ ਦੇ ਮਹੱਤਵ ਨੂੰ ਖਤਮ ਕੀਤਾ ਜਾ ਸਕੇ। ਲੇਕਿਨ ਜੋ ਗੱਤਕਾ ਹੈ ਉਹ ਗੁਰੂ ਸਾਹਿਬਾਨ ਜੀ ਦੀ ਪੁਰਾਤਨ ਸੋਚ, ਉਹਨਾਂ ਦੇ ਖਿਆਲਾਤ, ਬਾਣੀ ਅਤੇ ਬਾਣੀ ਨਾਲ ਜੁੜੀ ਤਰਬੀਬ ਹੈ, ਉਹਦੀ ਪ੍ਰਥਾ ਹੈ, ਇਹਦਾ ਕਿਸੇ ਨਾਲ ਵੈਰ ਵਿਰੋਧ ਨਹੀਂ। ਇਸ ਜਿਹੜੀ ਇਹ ਪ੍ਰਥਾ ਸਾਨੂੰ ਸਿੱਖਾਂ ਨੂੰ ਬਖਸ਼ਿਸ਼ ਕੀਤੀ ਗਈ ਹੈ, ਇਹਦਾ ਕਿਸੇ ਨਾਲ ਕੋਈ ਦੁਸ਼ਮਣੀ ਵੈਰ ਵਿਰੋਧ ਦੀ ਗੱਲ ਨਹੀਂ। ਇਹ ਸਿਰਫ ਸਵੈ ਰੱਖਿਆ ਲਈ, ਅਤੇ ਜਿੱਥੇ ਵੀ ਜਬਰ ਜ਼ੁਲਮ ਕਿਸੇ ਵੀ ਕੌਮ ਨਾਲ, ਧਰਮ ਨਾਲ, ਕਿਸੇ ਇਨਸਾਨ ਨਾਲ ਹੁੰਦਾ, ਉੱਥੇ ਅਸੀਂ ਇਹ ਆਪਣੇ ਗੱਤਕੇ ਦੇ ਜ਼ੋਰ ਨਾਲ ਜਾਂ ਆਪਣੇ ਸਰੀਰਕ ਤੰਦਰੁਸਤੀ ਦੇ ਨਾਲ ਉਸ ਦਾ ਮੁਕਾਬਲਾ ਕਰਦੇ ਹਾਂ, ਉਸਨੂੰ ਰੱਖਿਆ ਕਰਦੇ ਹਾਂ, ਕਿਸੇ ਦੁਸ਼ਮਣ ਨਾਲ ਅਸੀਂ ਇਹਨੂੰ ਵਰਤਦੇ ਹਾਂ। ਇਸ ਕਰਕੇ ਸਾਡਾ ਕਿਸੇ ਦਾ ਵੈਰ ਵਿਰੋਧ ਨਹੀਂ ਹੈ, ਨਾ ਕਿਸੇ ਦੇ ਵਿਰੁੱਧ ਅਸੀਂ ਇਹਨੂੰ ਵਰਤਦੇ ਹਾਂ। ਇਹ ਸਿਰਫ ਆਪਣੀ ਕੌਮੀ ਜਿਹੜੀ ਰਵਾਇਤਾਂ ਨੂੰ ਤਦਰਤ ਰੱਖਣ ਲਈ ਅਸੀਂ ਆਪਣਾ ਮਨਾਉਂਦੇ ਹਾਂ। ਅੱਜ ਦਾ ਜਿਹੜਾ ਮਨਾਇਆ ਗਿਆ ਉਹਦੇ ਵਿੱਚ 3 ਟੀਮਾਂ 4 ਟੀਮਾਂ ਨੇ ਭਾਗ ਲਿਆ। ਗੱਤਕਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਸ਼ਹੀਦੀ ਅਖਾੜਾ, ਬਾਬਾ ਹਰਗੋਬਿੰਦ ਸਿੰਘ ਸ਼ਹੀਦੀ ਅਖਾੜਾ, ਮਾਤਾ ਸਾਹਿਬ ਕੌਰ ਸ਼ਹੀਦੀ ਅਖਾੜਾ, ਇਹ ਭਾਈ ਸੰਗਤ ਸਿੰਘ, ਇਹਨਾਂ ਨੇ ਬਹੁਤ ਹੀ ਵਧੀਆ ਜ਼ੋਰ ਦਿਖਾਏ ਨੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸਾਰੀ ਜਥੇਬੰਦੀ ਦਾ ਧੰਨਵਾਦ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਨੂੰ ਇਹ ਬਖਸ਼ਿਸ਼ ਕਰਕੇ, ਜੋ ਪੁਰਾਤਨ ਰਵਾਇਤ ਬਖਸ਼ਿਸ਼ ਕੀਤੀ ਹੈ, ਹਰਗੋਬਿੰਦ ਸਾਹਿਬ ਨੇ ਬਖਸ਼ਿਸ਼ ਕੀਤੀ ਹੈ, ਇਹ ਸਾਡੀ ਹਮੇਸ਼ਾ ਚੱਲਦੀ ਰਹੇਗੀ। ਅਸੀਂ ਇਹਦੇ ਰਾਹੀਂ ਮਨੁੱਖਤਾ ਦੀ ਸੇਵਾ ਕਰਦੇ ਰਵਾਂਗੇ, ਸਾਡਾ ਇੰਨਾ ਹੀ ਮਕਸਦ ਹੈ, ਸਾਡਾ ਕਿਸੇ ਨਾਲ ਵੈਰ ਵਿਰੋਧ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸਿੱਖ ਸੰਗਤਾਂ ਦਾ ਧੰਨਵਾਦ, ਕੋਟ ਕੋਟ ਉਹਨਾਂ ਨੂੰ ਮੁਬਾਰਕਾਂ ਗੱਤਕਾ ਦਿਵਸ ਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।